ਟਰੈਕ ਤੋਂ ਉਤਰ ਕੇ ਇੱਕ ਮਾਲ ਗੱਡੀ ਖੇਤਾਂ ਵੱਲ ਹੋ ਤੁਰੀ। ਗਣੀਮਤ ਰਹੀ ਕਿ ਰਫਤਾਰ ਘੱਟ ਸੀ ਔਰ ਰੇਲ ਦੇ ਪਹੀਏ ਮਿੱਟੀ ਦੇ ਵਿੱਚ ਧਸ ਗਏ। ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਇੰਜਨ ਦੇ ਨਾਲ ਕੋਈ ਬੋਗੀ ਨਹੀਂ ਸੀ। ਘਟਨਾ ਮੌਕੇ ਸਾਰੇ ਸੁਰੱਖਿਅਤ ਰਹੇ। ਘਟਨਾ ਤੋਂ ਬਾਅਦ ਰੇਲਵੇ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਗਣੀਮਤ ਰਹੀ ਕਿ ਇੱਥੇ ਵੱਡਾ ਹਾਦਸਾ ਨਹੀਂ ਹੋਇਆ। ਮਾਲ ਗੱਡੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ। ਇੰਜਨ ਅੱਗੇ ਹੋ ਗਿਆ, ਪ੍ਰੈਸ਼ਰ ਘੱਟ ਗਿਆ ਤੇ ਪਟੜੀ ਤੋਂ ਉੱਤਰ ਕੇ ਖੇਤਾਂ ਵੱਲ ਹੋ ਤੁਰਿਆ। ਘਟਨਾ ਮੌਕੇ ਮਾਲ ਗੱਡੀ ਦੀ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਮਾਲ ਗੱਡੀ ਦੇ ਵਿੱਚ ਕੋਲਾ ਭਰਿਆ ਹੋਇਆ ਸੀ ਔਰ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ। ਪ੍ਰੈਸ਼ਰ ਵੀ ਨਿਕਲ ਗਿਆ, ਰਫਤਾਰ ਘੱਟ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਵਾਕੀ ਟੋਕੀ ਦੇ ਰਾਹੀਂ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ, ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਮੁਲਾਜ਼ਮ, ਇੰਜੀਨੀਅਰ, ਪੁਲਿਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਔਰ ਇਸ ਨੂੰ ਮੁੜ ਪਟੜੀ 'ਤੇ ਚਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਦੱਸ ਦਈਏ ਕਿ ਬਿਹਾਰ ਦੇ ਬਰੀਜ਼ਗੰਜ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਮੌਕੇ 'ਤੇ ਰੇਲ ਰਾਹਤ ਟੀਮ ਵੀ ਪਹੁੰਚ ਗਈ। ਇੰਜਨ ਨੂੰ ਟਰੈਕ 'ਤੇ ਚਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਲੂਪ ਲਾਈਨ ਤੋਂ ਇਹ ਟ੍ਰੇਨ ਦਾ ਇੰਜਨ ਪਟੜੀ ਤੋਂ ਉੱਤਰ ਗਿਆ ਸੀ। ਪਟੜੀ ਤੋਂ ਉਤਰਨ ਕਰਕੇ ਰੇਲ ਦੇ ਪਹੀਏ ਮਿੱਟੀ ਦੇ ਵਿੱਚ ਧਸ ਗਏ ਸਨ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਇਹ ਮਾਲ ਗੱਡੀ ਦਾ ਇੰਜਨ, ਜੋ ਪਟੜੀ ਤੋਂ ਉੱਤਰ ਕੇ ਖੇਤ ਵਿੱਚ ਚਲਾ ਗਿਆ ਔਰ ਉੱਥੇ ਮਿੱਟੀ ਸੀ। ਪਹੀਏ ਮਿੱਟੀ ਦੇ ਵਿੱਚ ਧਸ ਗਏ ਤੇ ਉੱਥੇ ਜਾ ਕੇ ਰੁਕ ਗਈ। ਇੰਨੇ ਨੂੰ ਹੜਕੰਪ ਮੱਚ ਗਿਆ। ਹਾਲਾਂਕਿ ਇੰਜਨ ਦੇ ਨਾਲ ਕੋਈ ਬੋਗੀ ਨਹੀਂ ਸੀ। ਘਟਨਾ ਮੌਕੇ ਡਰਾਈਵਰ ਸੁਰੱਖਿਅਤ ਪਾਇਆ ਗਿਆ। ਘਟਨਾ ਤੋਂ ਬਾਅਦ ਰੇਲਵੇ ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਗਣੀਮਤ ਰਹੀ ਕਿ ਇੱਥੇ ਵੱਡਾ ਹਾਦਸਾ ਹੋਣੋਂ ਟਲ ਗਿਆ। ਮਾਲ ਗੱਡੀ ਦੇ ਵਿੱਚ ਕੋਲਾ ਭਰਿਆ ਹੋਇਆ ਸੀ ਔਰ ਇਸ ਦੀ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਮਾਲ ਗੱਡੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ। ਇੰਜਨ ਆ ਜਿਹੜਾ, ਉਸਦਾ ਪ੍ਰੈਸ਼ਰ ਘੱਟ ਗਿਆ, ਰਫਤਾਰ ਘੱਟ ਗਈ, ਪਟੜੀ ਤੋਂ ਉੱਤਰਦੇ ਸਾਰ ਹੀ ਖੇਤਾਂ ਵੱਲ ਹੋ ਤੁਰੀ ਔਰ ਮਿੱਟੀ ਦੇ ਵਿੱਚ ਧਸ ਗਈ। ਔਰ ਗਣੀਮਤ ਰਹੀ ਕਿ ਇੱਥੇ ਵੱਡਾ ਹਾਦਸਾ ਹੋਣੋਂ ਟਲ ਗਿਆ।